ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਕੇ ਅੰਮ੍ਰਿਤਪਾਲ ਦੇ ਪਿਤਾ ਨੇ ਸੁਖਬੀਰ ਬਾਦਲ ਖਿਲਾਫ਼ ਮੰਗੀ ਕਾਰਵਾਈ। ਬਿਲਕੁਲ ਜੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕੱਲ੍ਹ ਮਿਲੇ ਹੈ ਸਰਦਾਰ ਤਰਸੇਮ ਸਿੰਘ, ਪਿਤਾ ਜੀ ਹੈ ਉਹ ਸਰਦਾਰ ਅੰਮ੍ਰਿਤਪਾਲ ਸਿੰਘ ਹੋਣਾਂ ਦੇ, ਜਿਹੜੇ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ। ਔਰ ਉਹਨਾਂ ਨੇ ਜਾ ਕੇ ਜਿਹੜਾ ਮੈਮੋਰੈਂਡਮ ਦਿੱਤਾ, ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਚਾਹੇ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਕੋਈ ਹੋਰ ਹੋਵੇ, ਜੀ ਜਿਨ੍ਹਾਂ ਨੂੰ ਵੀ ਅਕਾਲ ਤਖ਼ਤ ਸਾਹਿਬ ਨੇ ਤਲਬ ਕੀਤਾ, ਜਵਾਬ ਤਲਬੀ ਕੀਤੀ ਹੈ, ਔਰ ਜਿਨ੍ਹਾਂ ਨੇ ਬੱਜਰ ਗੁਨਾਹ ਕੀਤੇ ਹੈ ਪਿਛਲੇ ਸਮੇਂ ਦੇ ਵਿੱਚ, ਉਹਨਾਂ ਨੂੰ ਬਖਸ਼ਿਆ ਜਾਵੇ, ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਔਰ ਉਹਨਾਂ ਨੇ ਸਜ਼ਾ ਪ੍ਰਪੋਜ਼ ਵੀ ਕੀਤੀ ਹੈ ਵੀ ਘੱਟੋ ਘੱਟ ਇਹਨਾਂ ਲੋਕਾਂ ਨੂੰ 10-10 ਸਾਲ ਲਈ ਧਾਰਮਿਕ ਤੇ ਸਿਆਸੀ ਸੇਵਾ ਤੋਂ ਲਾਭੇ ਕੀਤਾ ਜਾਵੇ। ਮਤਲਬ ਇਹਨਾਂ ਤੇ ਬੰਦਿਸ਼ ਲਾਈ ਜਾਵੇ ਕਿ ਨਾ ਇਹ ਆਪਣੀਆਂ ਪਾਰਟੀਆਂ ਦੇ ਪ੍ਰਧਾਨ ਰਹਿ ਸਕਦੇ ਹੈ, ਨਾ ਇਹ ਕੋਈ ਚੋਣ ਲੜ ਸਕਦੇ ਤੇ ਇਹ ਪਾਸੇ ਰਹਿ ਜਾਣ। ਇਹ ਗੱਲ ਜ਼ਰੂਰ ਕਹਿ ਦਿੱਤੀ ਹੈ ਸਰਦਾਰ ਤਰਸੇਮ ਸਿੰਘ ਹੋਰਾਂ ਨੇ, ਪਰ ਕੀ ਇਹ ਮੰਨੀ ਜਾਊਗੀ? ਮੇਰਾ ਖਿਆਲ ਆ ਵੀ ਇਸ ਵੇਲੇ ਉਹ ਜਥੇਦਾਰ ਨਹੀਂ ਹੈਗੇ ਜਿਹੜੇ ਪਹਿਲਾਂ ਅਕਾਲੀ ਫੂਲਾ ਸਿੰਘ ਵੇਲੇ ਹੁੰਦੇ ਸੀ। ਜਦੋਂ ਅਕਾਲੀ ਫੂਲਾ ਸਿੰਘ ਹੋਰਾਂ ਨੇ ਜਥੇਦਾਰੀ ਕੀਤੀ ਹੈ ਉਦੋਂ ਗੱਲ ਕੁਛ ਹੋਰ ਸੀ, ਅੱਜ ਗੱਲ ਕੁਛ ਹੋਰ ਹੈ। ਇਹਦੇ ਚ ਹੁਣ ਗੱਲ ਇਹ ਕਿ ਕੁੜੱਤਣ ਦੋਨਾਂ ਧਿਰਾਂ ਦਰਮਿਆਨ ਬਹੁਤ ਪੈਦਾ ਹੋ ਚੁੱਕੀ ਹੈ, ਕਿਉਂਕਿ ਜਿਸ ਵੇਲੇ ਅੰਮ੍ਰਿਤਪਾਲ ਸਿੰਘ ਹੋਰੀ ਇਲੈਕਸ਼ਨ ਲੜਦੇ ਸੀ ਉਦੋਂ ਵੀ ਸੁਖਬੀਰ ਸਿੰਘ ਬਾਦਲ ਹੋਰੀ ਉੱਥੇ ਗਏ ਸੀ, ਉਹ ਕੰਪੇਨ ਵੀ ਕਰਦੇ ਸੀ, ਔਰ ਉਹਨਾਂ ਨੇ ਉਸ ਵੇਲੇ ਮਾਮਲਾ ਉਹੀ ਚੁੱਕਿਆ ਸੀ ਕਿ ਜੀ ਇਹ ਬਾਹਰੋਂ ਆਇਆ ਏਜੰਸੀਆਂ ਦਾ ਬੰਦਾ, RSS ਦੀਆਂ ਖੇਡਾਂ, ਇਹ ਸਾਰੀਆਂ ਗੱਲਾਂ ਉਹਨਾਂ ਨੇ ਵਿਕਾਈਆਂ ਸੀ। ਫਿਰ ਥੋੜਾ ਜਿਹਾ ਫਰਕ ਪਿਆ ਸੀ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਇਹ ਕਹਿਤਾ ਸੀ ਕਿ ਇੱਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਅੰਦਰ ਕਿਉਂ ਰੱਖਿਆ, ਉਹਨੂੰ ਰਿਹਾ ਕਰਨਾ ਚਾਹੀਦਾ। ਪਰ ਫਿਰ ਅਕਾਲੀ ਦਲ ਨੇ ਵੀ ਸ਼ੁਰੂਆਤ ਉਹੀ ਬਣਾ ਲਈ, ਕਿਉਂਕਿ ਲੜਾਈ ਅਸਲ ਦੇ ਵਿੱਚ ਜਿਹੜੀ ਹੈ ਨਾ ਜੱਦੀ ਸਾਹਿਬ, ਉਹ ਲੜਾਈ ਹੈਗੀ ਆ ਗੁਰਦੁਆਰਾ ਪ੍ਰਬੰਧ ਨੂੰ ਲੈ ਕੇ। ਇਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸਮਰਥਕ ਆ ਸਮੇਤ ਉਹਦੇ ਮਾਪੇ ਤੇ ਉਹਨਾਂ ਦੇ ਸਮਰਥਕ ਉਹ ਮੀਟਿੰਗਾਂ ਕਰ ਰਹੇ ਹੈ ਤੇ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਣਗੀਆਂ ਔਰ ਸਾਨੂੰ ਉਹ ਚੋਣਾਂ ਲੜਨੀਆਂ ਚਾਹੀਦੀਆਂ ਔਰ ਉਸ ਪ੍ਰਬੰਧ ਦੇ ਉੱਤੇ ਜਿਹੜਾ ਹੈਗਾ ਕਬਜ਼ਾ ਕਰਨਾ ਚਾਹੀਦਾ ਤੇ ਬਾਦਲ ਐਂਡ ਕੰਪਨੀ ਹੈ ਜਿਹੜੀ ਇਹਨਾਂ ਨੂੰ ਲਾਭੇ ਕਰਨਾ ਚਾਹੀਦਾ ਹੈ। ਹੁਣ ਸਵਾਲ ਇਹ ਹੈ ਕਿ ਅਸਲ ਵਿੱਚ ਅਕਾਲੀ ਦਲ ਪੰਜਾਬ ਦੇ ਵਿੱਚ ਉਹ ਮੰਨਿਆ ਜਾਂਦਾ ਜਿਹਦੇ SCPC ਉੱਤੇ ਕਬਜ਼ਾ ਹੋਵੇ। ਗੁਰਦੁਆਰਾ ਪ੍ਰਬੰਧ ਜਿਹੜਾ, ਗੁਰਦੁਆਰਾ ਪ੍ਰਬੰਧ ਦੇ ਕੋਲੇ ਬਹੁਤ ਮਤਲਬ ਜਿਹੜੀਆਂ ਹੈਗੀਆਂ ਉਹਨਾਂ ਦੇ ਕੋਲੇ ਜ਼ਮੀਨਾਂ ਜਾਇਦਾਦਾਂ ਨੇ, ਜੇ ਆਪਾਂ ਛੱਡ ਵੀ ਦੇਈਏ ਤਾਂ ਰੁਤਬਾ ਏਡਾ ਵੱਡਾ ਹੈ, ਉਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਹੈ, ਜਿਹਦਾ ਉਸ ਪ੍ਰਬੰਧ ਤੇ ਜੋ ਦਬਦਬਾ ਹੋਊਗਾ ਉਹ ਮੰਨਿਆ ਜਾਊਗਾ। ਇਹ ਸਹੀ ਅਰਥਾਂ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਇਹ ਕਰਦੇ ਹੈ। ਇਹਨਾਂ ਦਿਨਾਂ ਦੇ ਵਿੱਚ ਜੇ ਇੱਕ ਪਾਸੇ ਅੰਮ੍ਰਿਤਪਾਲ ਸਿੰਘ ਹੋਰੀ, ਸਰਬਜੀਤ ਖਾਲਸਾ ਹੋਰੀ, ਉਹਨਾਂ ਦੇ ਗਰੁੱਪ ਲੱਗੇ ਹੋਏ ਆ, ਤਾਂ ਦੂਜੇ ਪਾਸੇ ਭਾਈ ਰਣਜੀਤ ਸਿੰਘ ਹੋਰੀ ਨੇ ਜਿਹੜੇ ਆ ਉਹ ਕਾਫੀ ਸਰਗਰਮ ਹੋਏ ਹੈ, ਉਹਨਾਂ ਨੇ ਵੀ ਆਪਣੀ ਇੱਕ ਲਹਿਰ ਤੋਰੀ ਹੋਈ ਹੈ ਸ਼੍ਰੋਮਣੀ ਕਮੇਟੀ ਨੂੰ ਲੈ ਕੇ। ਬੜੇ ਲੰਬੇ ਸਮੇਂ ਤੋਂ ਪਹਿਲਾਂ ਮਾਝੇ ਵਾਲੇ ਪਾਸੇ ਉਤਰੀ, ਜ਼ਿਆਦਾ ਮਤਲਬ ਕਰਦੇ ਰਹੇ ਕੰਮ, ਪਰ ਹੁਣੇ ਉਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਵੀ ਆ ਗਏ ਹੈ, ਦੋ ਦਿਨ ਪਹਿਲਾਂ ਪਰਸੋਂ, ਕੱਲ੍ਹ ਕੱਲ੍ਹ ਦੀ ਗੱਲ ਹੀ ਹੈ, ਪਰਸੋਂ ਉਹਨਾਂ ਨੇ ਸਾਡੇ ਇੱਥੇ ਮਹਿਮਾ ਸਰਗਾ ਪਿੰਡ ਹੈ ਉੱਥੇ ਬੜਾ ਵੱਡਾ ਇਕੱਠ ਕੀਤਾ ਸੀ। ਸੋ ਇਹ ਹੁਣ ਜਿਹੜੀ ਲੜਾਈ ਹੈ ਨਾ ਇੱਕ ਦੂਜੇ ਦੇ ਖਿਲਾਫ਼ ਆ ਗਈ ਹੈ ਕਿ ਤੁਸੀਂ ਇਹਨੂੰ ਇਹ ਕਰਦੇ ਇਹਨੂੰ ਕਰਦੇ, ਸ਼੍ਰੋਮਣੀ ਕਮੇਟੀ ਦੇ ਕੰਟਰੋਲ ਦਾ ਮਾਮਲਾ ਚੱਲ ਰਿਹਾ। ਇਹ ਠੀਕ ਹੈ, ਮੈਂ ਇਸ ਗੱਲ ਦੇ ਹੱਕ ਚ ਆ ਕੇ ਜਿਹੜਾ ਸਿੱਖ ਧਰਮਾਂ ਦਾ ਪ੍ਰਬੰਧ ਸੁਚੇ ਹੱਥਾਂ ਚ ਹੋਵੇ, ਪਰ ਜੇ ਕਬਜ਼ੇ ਦੀ ਗੱਲ ਨਹੀਂ ਕਬਜ਼ਾ ਕਰਨਾ ਤਾਂ ਉਹ ਤਾਂ ਫਿਰ ਕੋਈ ਵੀ ਕਰਵੇ ਜੀ, ਚਾਹੇ ਉਹ ਅਤੇ ਚਾਹੇ ਉਹਦੀ ਅਕਸਰ ਫਿਰ ਦੁਰਵਰਤੋਂ ਹੋਣੀ ਹੈ, ਫਿਰ ਅਸੀਂ ਉਸੇ ਗੱਲ ਤੇ ਰੋਵਾਂਗੇ। ਤੁਸੀਂ ਜਿੰਨਾ ਦੇਸ਼ਾਂ ਚ ਰਹਿੰਦੇ ਹੋ ਇੱਥੇ ਕ੍ਰਿਸਚਨ ਦੀ ਭਾਰੂ ਹੈ, ਲੇਕਿਨ ਇਹ ਵੀ ਆਪਾਂ ਨੂੰ ਵੇਖਣਾ ਪੈਂਦਾ ਕਿ ਕ੍ਰਿਸਚਨ ਦੀ ਭਾਰੂ ਕਿਉਂ ਹੈ, ਕਿਉਂਕਿ ਕ੍ਰਿਸਚਨ ਭਾਈਚਾਰੇ ਨੇ ਇੱਕ ਈਸਾ ਦੀ ਵਜ੍ਹਾ ਕਾਰਨ ਉਹਦਾ ਜਿਹੜਾ ਫਲਸਫਾ ਨੂੰ ਦੁਨੀਆਂ ਚ ਫੈਲਾਉਣ ਵਾਸਤੇ ਉਹਨਾਂ ਨੇ ਐਜੂਕੇਸ਼ਨ ਤੇ ਮੈਡੀਕਲ ਸਾਇੰਸ ਦੇ ਉੱਤੇ ਉਹਨਾਂ ਨੇ ਬੜਾ ਕੰਮ ਕੀਤਾ ਹੈ। ਥਾਂ ਥਾਂ ਸਕੂਲ ਖੋਲਿਆ, ਥਾਂ ਥਾਂ ਦੇ ਉੱਤੇ ਉਹਨਾਂ ਨੇ ਹਸਪਤਾਲ ਖੋਲਿਆ, ਲੋਕ ਉੱਥੋਂ ਇਲਾਜ ਕਰਵਾਉਂਦੇ ਹੈ,
ਸਾਡਾ ਸਾਡੇ ਕੋਲ ਸਾਧਨਾਂ ਦੀ ਕੋਈ ਕਮੀ ਨੀ। ਮੇਰਾ ਖਿਆਲ ਜਿੰਨੀ ਪ੍ਰਾਪਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਹੈ, ਜਿੰਨਾ ਚੜਾਵਾ ਉੱਥੇ ਚੜ੍ਹਦਾ, ਜੇ ਉਹਦੀ ਸਹੀ ਵਰਤੋਂ ਆਪਾਂ ਮਨੁੱਖਤਾ ਦੇ ਭਲੇ ਵਾਸਤੇ ਕਰ ਲਈਏ ਤਾਂ ਚੰਗੀ ਸਭ ਕਈ ਰਿਜ਼ਲਟ ਨਿਕਲਦੇ। ਬਿਲਕੁਲ, ਇੱਕ ਤਾਂ ਇਹ ਹੈ ਕਿ ਸਾਡੇ ਲੋਕਾਂ ਨੂੰ ਬਾਹਰ ਧੱਕੇ ਨਹੀਂ ਖਾਣੇ ਪੈਣਗੇ, ਉਹਨਾਂ ਨੂੰ ਸਸਤੀ ਵਿੱਦਿਆ ਮਿਲ ਸਕਦੀ ਹੈ, ਸਸਤਾ ਇਲਾਜ ਮਿਲ ਸਕਦਾ ਜੀ। ਦੂਜਾ, ਬਾਕੀ ਲੋਕ ਪ੍ਰਭਾਵਿਤ ਹੋ ਕੇ ਸਿੱਖ ਭਾਈਚਾਰੇ ਵੱਲ ਆਉਣਗੇ। ਆ ਜਿਹੜਾ ਹੁਣ ਅਸੀਂ ਲੜੀ ਜਾਂਦੇ ਹਾਂ ਜੀ ਅੰਮ੍ਰਿਤਸਰ ਵਾਲੇ ਪਾਸੇ ਆ ਗਏ ਜੀ, ਦੇਖੋ ਉੱਥੇ ਈਸਾਈ ਆ ਗਏ ਜੀ, ਈਸਾਈ ਕਿੱਥੋਂ ਆਉਂਦੇ? ਈਸਾਈ ਆਏ ਵੀ ਈਸਾਈ ਸਾਡੇ ਵਿੱਚ ਵੀ ਪੈਦਾ ਹੁੰਦੇ ਆ, ਜਿਹੜੇ ਉਹਨਾਂ ਦੇ ਮਿਸ਼ਨਰੀ ਆਉਂਦੇ ਆ ਉਹਨਾਂ ਨੂੰ ਕੁਛ ਫੈਸਿਲਿਟੀ ਦਿੰਦੇ ਆ। ਗਰੀਬ ਭਾਈਚਾਰਾ ਉਸ ਪਾਸੇ ਨਜ਼ਰ ਆ ਜਾਂਦਾ ਜੀ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਜੇ ਡੇਰਾਬਾਦ ਵਾਲੇ ਪਾਸੇ ਜਾਂਦੇ ਆ, ਕਿਉਂ ਜਾਂਦੇ ਆ? ਆਰਾਮ ਰਹੀਮ ਦੇ ਖਿਲਾਫ ਕਿਸ ਕਿਸਮ ਦੇ ਇਲਜ਼ਾਮ ਲੱਗੇ ਆ, ਸਾਬਤ ਵੀ ਹੋ ਗਈ, ਸਜਾਵਾਂ ਵੀ ਹੋ ਗਈਆਂ, ਪਰ ਅੱਜ ਵੀ ਅਸੀਂ ਜਦੋਂ ਪਿੰਡਾਂ ਵੱਲ ਨਿਗਾਹ ਮਾਰਦੇ ਹਾਂ, ਸਾਡੇ ਆਪਣੇ ਪਿੰਡਾਂ ਦੇ ਵਿੱਚ ਪੌਦਰ ਨੂੰ ਕਿਉਂ ਜਾਂਦਾ? ਕਿਉਂਕਿ ਉਹਨਾਂ ਨੂੰ ਉੱਥੇ ਕੁਛ ਨਾ ਕੁਛ ਮਿਲਦਾ ਹੈ, ਉਹਨਾਂ ਨੂੰ ਮੁਫ਼ਤ ਇਲਾਜ ਮਿਲਦਾ, ਉਹਨਾਂ ਨੂੰ ਐਜੂਕੇਸ਼ਨ ਮਿਲਦੀ ਹੈ, ਬਦਨਾਮੀ ਦੇ ਬਾਵਜੂਦ ਵੀ ਲੋਕ ਉਧਰ ਨੂੰ ਜਾਂਦੇ। ਸਾਡੇ ਕੋਲੇ ਨੇਕਤਾ ਵੀ ਇੰਨੀ ਜ਼ਿਆਦਾ, ਸਾਡੇ ਗੁਰੂ ਸਾਹਿਬਾਨ ਨੇ ਜਿਹੜਾ ਫਲਸਫਾ ਚਲਾਇਆ ਉਹ ਕਿਹੜਾ ਅਮੀਰ ਫਲਸਫਾ ਹੈ। ਇਹਦੇ ਬਾਵਜੂਦ ਵੀ ਜੇ ਲੋਕ ਗੁਰੂ ਘਰਾਂ ਨਾਲੋਂ ਗੁਰਦੁਆਰਿਆਂ ਦੇ ਨਾਲੋਂ ਟੁੱਟ ਕੇ ਡੇਰਿਆਂ ਵੱਲ ਨੂੰ ਜਾ ਰਹੇ ਤਾਂ ਇਹ ਜ਼ਿੰਮੇਵਾਰ ਪ੍ਰਬੰਧ ਹੈ। ਸੋ ਲੜਾਈ ਜਿਹੜੀ ਚੱਲੀ ਹੈ, ਚੱਲ ਰਹੀ ਹੈ, ਉਹ ਸ਼੍ਰੋਮਣੀ ਕਮੇਟੀ ਦੇ ਖਾਤੇ ਤੋਂ ਲੈ ਕੇ ਉਹਦੇ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਕਿਸੇ ਦਾ ਕੋਈ ਇਸਤੇਮਾਲ ਕੀਤਾ ਜਾ ਰਿਹਾ, ਕਦੇ ਕੋਈ ਉਹ ਚਲਾ ਜਾਂਦਾ ਲੈ ਕੇ ਆਪਦੀ ਅਰਜ਼ੀ ਆ ਕਰੋ ਜੀ। ਪਰ ਹੁਣ ਅਕਾਲ ਤਖ਼ਤ ਸਾਹਿਬ ਦੇ ਸਿੱਖ ਸਾਹਿਬਾਨ ਹੈ ਜਿਹੜੇ ਬੜੇ ਵਾਰੀ ਗੱਲ ਹੋਈ ਸੀ ਜੀ, ਸਿੱਖ ਸਾਹਿਬਾਨ ਦੀਆਂ ਕੁਛ ਸੇਵਾ ਸ਼ਰਤਾਂ ਹੋਣੀਆਂ ਚਾਹੀਦੀਆਂ ਜੀ, ਉਹਨਾਂ ਦੀ ਨਿਯੁਕਤੀ ਕਿਵੇਂ ਹੋ ਗਈ, ਜੇ ਉਹਨਾਂ ਨੂੰ ਹਟਾਉਣਾ ਤਾਂ ਕਿਵੇਂ ਹਟਾਇਆ ਜਾਵੇ, ਉਹਨਾਂ ਦੀ ਜਿਹੜੀ ਹੈਗੀ ਜੇ ਉਹਨਾਂ ਨੂੰ ਇੱਕ ਵਾਰੀ ਲਾ ਤਾ ਤਾਂ ਉਹਨਾਂ ਦੀ ਜਿਹੜੀ ਆ ਸਰਦ ਸਾਹਿਬ ਸੁਰੱਖਿਅਤ ਹੋ ਗਈ, ਜੇ ਉਹਨਾਂ ਦੀ ਸੇਵਾ ਸੁਰੱਖਿਅਤ ਹੋ ਗਈ ਉਹਨਾਂ ਨੂੰ ਆਸਾਨੀ ਨਾਲ ਹਟਾਇਆ ਨਾ ਜਾ ਸਕੇ। ਜੇ ਉਹ ਆਜ਼ਾਦਾਨਾ ਤਰੀਕੇ ਨਾਲ ਆਪਦੇ ਫੈਸਲੇ ਲੈਣ ਦੇ ਸਮਰੱਥ ਹੋਣਗੇ ਤਾਂ ਜਿਹੜੀਆਂ ਆਹ ਕੁਰੀਤੀਆਂ ਹੈਗੀਆਂ ਨਹੀਂ ਆਉਣਗੀਆਂ। ਜਦੋਂ ਉਹਨਾਂ ਨੂੰ ਇਹ ਪਤਾ ਕਿ ਅਸੀਂ ਲਾਏ ਹੈ, ਸਾਡੇ ਵਿਧਾਇਕ ਵਾਲੇ ਬੰਦਿਆਂ ਨੇ ਲਾਏ, ਅਸੀਂ ਜੋ ਮਰਜ਼ੀ ਖੜੀ ਹੈਗੇ ਫੈਸਲਾ ਆਪਦੇ ਮੁਤਾਬਕ ਕਰਵਾ ਲਾਂਗੇ, ਕਰਵਾ ਲੈਂਦੇ ਹੋ। ਇਸ ਕਰਕੇ ਠੀਕ ਹੈ, ਦਰਸ਼ੇਰ ਸਿੰਘ ਹੋਰੀ ਜਾ ਕੇ ਆਪਣਾ ਦੇ ਆਏ ਹੈ ਭਾਈ ਸਾਹਿਬ ਦੇ ਪਿਤਾ ਜੀ ਆਪਦੀ ਐਪਲੀਕੇਸ਼ਨ, ਪਰ ਉਹ ਜਿਵੇਂ ਕਹਿੰਦੇ ਨਾ ਸ਼ਾਹ ਮੁਹੰਮਦਾਸ ਨੂੰ ਖੁਸ਼ੀ ਹੋਈ ਜਿਹੜਾ ਕਰੇਗਾ ਖਾਲਸਾ ਪੰਥ ਵੀ ਆ, ਤੇ ਖਾਲਸਾ ਪੰਥ ਹੁਣ ਇਸ ਵੇਲੇ ਹੈ ਕਿੱਥੇ? ਖਾਲਸਾ ਪੰਥ ਤਾਂ ਜਿਹਨਾਂ ਦੇ ਜਿੰਨੇ ਥਾਵਾਂ ਤੇ ਵੰਡਿਆ ਹੋਇਆ, ਜਿਹਦਾ ਕਬਜ਼ਾ ਹੈ ਜੀ ਉਹ ਜਾ ਉੱਥੋਂ ਫੈਸਲਾ ਹੋ ਜਾਊਗਾ। ਬਿਲਕੁਲ ਜੀ, ਚੱਲਦੇ ਜੀ ਆਪਾਂ ਨੈਕਸਟ ਕਾਲ ਦੇ। ਹਾਂਜੀ ਭਾਈ ਕਰਨੈਲ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋ ਮੇਰੇ ਨੂੰ ਤਾਂ ਸੁਣਵਾਇਆ ਤੇ ਆਪਰੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਈ। ਤੋਂ ਬਰਾਬਰ ਦੀ ਧਿਰ ਖੜੀ ਕਰਕੇ ਉਹਦਾ ਕੋਈ ਫਾਇਦਾ ਨਹੀਂ ਹੋਇਆ, ਤੇ ਉਹ ਇਹ ਆ ਵੀ ਇਹਨਾਂ ਨੂੰ ਆਪਣੇ ਹਨਾ ਜਿਹੜੇ ਜਹਿਦਾਰ ਆਪਣੇ ਹੁੰਦੇ ਇਹਨਾਂ ਦਾ ਰਿਸਪੈਕਟ ਕੀਤਾ ਜਾਵੇ ਜੀ, ਤੇ ਇਹਨਾਂ ਦਾ ਜਿੰਨਾ ਹੈਗਾ ਪਦਵੀ ਉਹਦੇ ਮੁਤਾਬਕ ਹੈ ਨਾ ਇਹਨਾਂ ਨੂੰ ਦਿੱਤਾ ਜਾਵੇ ਮਾਨ ਸਤਿਕਾਰ, ਤੇ ਇਹਨਾਂ ਦਾ ਪਾਲਣਾ ਕੀਤੀ ਜਾਵੇ ਹੁਕਮ ਦੀ ਜੀ। ਚਲੋ ਸਰ, ਤੁਸੀਂ ਗੱਲ ਕਰਦੇ ਸੀ ਆਪਣੇ ਨਾ ਪੰਜਾਬ ਦੀ ਜਾਂ ਇੰਟਰਨੈਸ਼ਨਲੀ ਵੀ ਦੇਖ ਲਓ, ਆਪਣੇ ਨਾ ਵੈਸੇ ਜਿਹੜਾ ਸਰਕਾਰਾਂ ਦੀ ਇਨਕਮ ਹੈ 70 ਤੋਂ ਜਦੋਂ ਦਾ ਡਾਲਰ ਨੇ ਆਪਣੇ ਇੰਟਰਨੈਸ਼ਨਲ ਤੌਰ ਤੇ ਨਾ ਇਹਨੂੰ ਟ੍ਰੇਡ ਨੂੰ ਵੀ ਕੰਟਰੋਲ ਕੀਤਾ, ਉਸ ਟਾਈਮ ਤੇ ਸਭ ਤੋਂ ਇੰਟਰਨੈਸ਼ਨਲੀ ਆਇਲ ਦਾ ਬਿਜ਼ਨਸ ਸੀਗਾ ਜੀ, ਅੱਜ ਵੀ ਇੰਟਰਨੈਸ਼ਨਲੀ ਸਭ ਤੋਂ ਵੱਡਾ ਆਇਲ ਦਾ ਬਿਜ਼ਨਸ ਹੀ ਆ, ਤੇ ਸਾਡੇ ਸਟੇਟ ਸੀਗਾ ਉਦੋਂ ਐਕਸਾਈਜ਼ ਡਿਊਟੀ ਜੀ, ਐਕਸਾਈਜ਼ ਡਿਊਟੀ ਆਪਣੇ ਗਿਆਨ ਜੈਲ ਸਿੰਘ ਦੇ ਟਾਈਮ ਤੇ ਆਪਾਂ ਕਹਿਣਾ ਸ਼ੁਰੂ ਕਰਤਾ ਸੀ ਵੀ ਦਰਿਆ ਇੱਕ ਹੋਰ ਵਿਘਾਤਾ ਸ਼ਰਾਬ ਦਾ, ਉਹ ਸ਼ਰਾਬ ਤੇ ਦੂਸਰਾ ਸੀ ਰੇਤ ਦਾ ਜੀ, ਤੇ ਰੇਤ ਤੇ ਸ਼ਰਾਬ ਤੇ ਸੀ ਜਿਹੜਾ ਉਹ ਆਪਣੇ ਜੀ ਐਸ ਪੀ ਲਾਤੀ ਹਨ ਤਾਂ 18% ਆ ਸਟੇਟਾਂ ਦਾ ਹਨ, ਤੋਂ ਆਪਣੇ ਮੰਤਰੀ ਉਹਨਾਂ ਨੇ ਵੀ ਉਦੋਂ ਸਾਈਨ ਕਰ ਦਿੱਤੇ ਹਨ, ਕਹਿੰਦੇ ਨਹੀਂ ਉਹ ਗਲਤ ਵਾ ਜੀ। ਸੋ ਸਰਕਾਰ ਦੀ ਪਾਲਿਸੀ ਇਹ ਸੀ ਵੀ
ਹਾਂਜੀ ਜੇ ਨਾ ਪੋਟੀ ਪੱਡਾ ਵਰਗੇ ਵੀ ਕਾਮਯਾਬ ਹੈ ਕਹਿੰਦੇ ਜੇ ਹੋਏ ਆ ਯੂਪੀ ਵੀ ਉਹਨਾਂ ਨੇ ਕਬਜ਼ਾ ਕੀਤੇ ਪੰਜਾਬ ਚ ਵੀ ਕੀਤਾ ਉਹ ਸ਼ਰਾਬ ਤੋਂ ਹੀ ਐਜੂਕੇਸ਼ਨ ਹੋਸਪਿਟਲ ਟਰਾਂਸਪੋਰਟੇਸ਼ਨ ਜਿਹੜੇ ਇਹ ਮਹਿਕਮੇ ਇਹਨਾਂ ਨੂੰ ਪਬਲਿਕ ਨਾ ਰਹਿਣ ਦਿਓ, ਇਹਨਾਂ ਪ੍ਰਾਈਵੇਟ ਕਰ ਦਿਓ, ਉਹਦੇ ਸਰਕਾਰ ਦਾ ਬਚਾਅ ਇਹਨਾਂ ਹੈਗਾ। ਸਾਨੂੰ ਪੈਨਸ਼ਨਾਂ ਦਾ ਵੀ ਇਹੀ ਹੈ ਇਹਨਾਂ ਨੂੰ ਵੀ ਸਾਨੂੰ ਨਾ ਖਜ਼ਾਨੇ ਚੋਂ ਦੇਣਾ ਪਵੇ ਜੀ। ਤੇ ਪੰਜਾਬ ਦੇ ਵਾਸਤੇ ਬੈਸਟ ਸੀਗਾ ਜੀ, ਐਗਰੀਕਲਚਰ ਨੂੰ ਵਧਾਇਆ ਜਾਂਦਾ, ਉਹਦਾ ਕੋਆਪਰੇਟਿਵ ਸਿਸਟਮ ਹੈ ਨਾ ਵੱਧ ਤੋਂ ਵੱਧ ਚਾਲੂ ਕੀਤਾ ਜਾਂਦਾ ਸੋਸਾਇਟੀਆਂ ਰਾਹੀਂ, ਕੋਆਪਰੇਟਿਵ ਉਹ ਸਿਸਟਮ ਤੁਹਾਡੇ ਸੀ ਨਾ ਕਿ ਵਰਲਡ ਬੈਂਕ।